ਹੋ ਜੀ ਤੇ ਇਧਰ ਆਪਾਂ ਟਰਬੋ ਮਾਣੀ ਮੋਟੀ ਜਿਉਂ ਫਿੱਟ ਕਰਦੇ ਸੀ ਨਾਰਮਲੀ ਉੱਤੇ ਖੜਾਈ ਆ ਸਟਾਰਟ ਨਹੀਂ ਕਰਨੀ ਨਹੀਂ ਫਿਰ ਕੰਮ ਉਹੀ ਹਨਾ ਬੂਸਟ ਵਾਲਾ ਇਹਦਾ ਮੂੰਹ ਅੱਗੇ ਇੱਧਰ ਨੂੰ ਸੀਗਾ ਤੇ ਆਹ ਤਾਂ ਚਲੋ ਇੱਥੇ ਹੀ ਹੁੰਦੇ ਆ ਹਨਾ ਤੇ ਇਹ ਲਓ ਜੀ ਇਹ ਹੁਣ ਪੈਪ ਆਪਾਂ ਜਿਹੜੀ ਥੱਲੇ ਨੂੰ ਸਪਲਾਈ ਆਉਂਦੀ ਆ ਤੇਲ ਇੰਜਨ ਚ ਡਿੱਗਣਾ ਜੀ ਆਪਾਂ ਭੱਠੀ ਖੋਲਤੀ ਸਾਰੀ ਤੇ ਖੋਲਣ ਤੋਂ ਬਾਅਦ ਇੱਧਰਲੇ ਜੈਨ ਆਪਾਂ ਨਵੇਂ ਪਾ ਦੇਣੇ जी दोस्तों स्वागत है तुहाडा अपने एक होर नवें वीडियो दे विच उम्मीद करदे सारे ठीक ठाक होवोगे ते अज हैगा मॉडिफिकेशन पार्ट तीजा जी अज आप चलते मिस्त्री को लेके सारा समान समून जो लटर बटर ते फिर तक करिए आप शुरू यार अपन एक पला ला के धरना चल उत्थे ला लैने हैप्पी ते जाके अपने को चाबी नहीं हैगी ठीक है बाकी सारा समान रेडेड तुसीं पिछले ब्लॉग च देखिया ही आ चलो फिर चलिए आप मिस्त्री दे करिए यार काम शुरू ਹੋ ਜੀ ਤੇ ਇੱਧਰ ਆਪਾਂ ਟਰਬੋ ਮਾੜੀ ਮੋਟੀ ਜਿਉਂ ਫਿੱਟ ਕਰਦੇ ਸੀ ਨੋਰਮਲੀ ਉੱਤੇ ਖੜਾਈ ਆ ਸਟਾਰਟ ਨਹੀਂ ਕਰਨੀ ਨਹੀਂ ਫਿਰ ਕੰਮ ਉਹੀ ਹੋ ਜੂ ਮੈਂ ਕਿਹਾ ਪੈਪ ਉੱਪਰ ਨੋਰਮਲ ਜਿਹਾ ਵੱਢ ਲਈ ਵਾਲਾ ਪਪੰਗਾ ਨਹੀਂ ਲਿਆ ਮੈਂ ਮੁੜ ਕੇ ਐਵੇਂ ਭੱਥਾ ਪੈ ਜੂ ਅਤੇ ਬਾਕੀ ਤੁਹਾਨੂੰ ਇੱਕ ਮੈਂ ਹੋਰ ਜਾਣਕਾਰੀ ਦੱਸ ਦਿੰਦਾ ਜਿਵੇਂ ਹੁਣ ਵੀਰ ਭਰਾ ਟਰਬੋ ਲੈ ਕੇ ਆਉਂਦੇ ਆ ਮੈਂ ਵੀ ਲੈ ਕੇ ਆਈ ਟਰਬੋ ਆਹ ਤਾਂ ਫਰੇਮ ਜਮ੍ਹਾਂ ਇੱਦਾਂ ਹੀ ਸੀਗਾ ਇਹਦਾ ਜਿਹੜਾ ਮੂੰਹ ਸੀ ਨਾ ਇਹ ਮਤਲਬ ਇੱਥੋਂ ਇੱਧਰ ਨੂੰ ਸੀਗਾ ਮੂੰਹ ਹੁਣ ਤਾਂ ਇਹਦਾ ਮੈਂ ਉੱਧਰ ਨੂੰ ਕਰਤਾ ਮੂੰਹ ਹਨਾ ਬੂਸਟ ਵਾਲਾ ਇਹਦਾ ਮੂੰਹ ਅੱਗੇ ਇੱਧਰ ਨੂੰ ਸੀਗਾ ਅਤੇ ਆਹ ਤਾਂ ਚਲੋ ਇੱਥੇ ਹੁੰਦੇ ਆ ਹਨਾ ਅਤੇ ਇਹ ਆਪਾਂ ਨੂੰ ਘੁਮਾਉਣੀ ਪੈਂਦੀ ਆ ਮਤਲਬ ਆਪਾਂ ਨੂੰ ਇਹਦਾ ਪਤਾ ਕੀ ਗੱਲ ਤੁਹਾਨੂੰ ਮੈਂ ਦੱਸਦਾ ਆਹ ਸਾਹ ਨਟ ਖੋਲ ਲੈਣੇ ਆਹ ਦੋ ਨਟ ਹੋ ਗਏ ਅਤੇ ਇੱਕ ਆਹ ਨਟ ਆ ਇੱਕ ਉੱਧਰ ਪਰਲੀ ਜਿਹੜਾ ਇਹਨੂੰ ਖੋਲ ਕੇ ਨਾ ਅਤੇ ਆਹ ਹੱਥ 'ਚ ਫੜ ਲੈਣੀ ਆ ਅਤੇ ਇਹਦਾ ਜਿਹੜਾ ਸਿਲਵਰ ਜਿਹਾ ਗਾ ਇਹਦਾ ਘੁੱਪੂ ਜਿਹਾ ਇਹਨੇ ਉਈ ਘੁੰਮ ਜਾਣਾ ਉੱਪਰ ਐਂ ਲੱਗ ਨਾ ਕਰਿਓ ਮੈਂ ਹੱਥ ਪਾ ਕੇ ਨਾ ਇਹਨੂੰ ਐਂ ਘੁਮਾ ਕੇ ਉੱਥੇ ਨਟ ਕਾਸ ਦਿਓ ਅਤੇ ਆਹ ਗਾ ਜਿਹੜਾ ਇਹ ਇਹ ਪਹਿਲਾਂ ਵੀ ਇੱਥੇ ਸੀਗਾ ਅਤੇ ਇਹ ਹੁਣ ਵੀ ਉੱਥੇ ਉਹੀ ਨਟਾਂ 'ਚ ਕਿਹਾ ਜਾਂਦਾ ਹੁੰਦਾ ਕਿਉਂਕਿ ਉਹੀ ਉੱਥੇ ਹੀ ਆ ਜਾਂਦੀ ਹੈ ਸਾਰੀ ਜਗ੍ਹਾ ਅਤੇ ਬਸ ਕੱਲੋ ਐਂ ਰੂਟਰ ਜਿਹਾ ਉਹਦੇ ਨੂੰ ਘੁੰਮ ਜਾਂਦਾ ਘੁੰਮਾਉਣ ਤੋਂ ਬਾਅਦ 'ਚ ਆਹ ਨਟ ਆਪਾਂ ਖੋਲ ਲੈਣੇ ਆਹ ਦੇ ਆਹ ਨਟ ਖੋਲ ਲੈਣਾ ਆਹ ਨਟ ਖੋਲ ਲੈਣਾ ਅਤੇ ਆਹ ਨਟ ਖੋਲ ਲੈਣਾ ਇੱਕ ਉੱਧਰ ਨਟ ਖੋਲ ਲੈਣਾ ਇਹ ਵੀ ਆਪਾਂ ਨੂੰ ਘੁਮਾਉਣੀ ਪੈਂਦੀ ਹੈ ਮਤਲਬ ਆਹ ਸਾਰੀ ਅਤੇ ਆਪਾਂ ਸਾਰੀ ਘੁਮਾ ਕੇ ਆਹ ਤੇਲ ਵਾਲੀ ਸਪਲਾਈ ਆ ਨਾ ਇਹ ਆਪਾਂ ਉੱਪਰ ਕਰਨੀ ਆ ਜਿੱਥੋਂ ਨਹੀਂ ਤੇਲ ਡਿੱਗਣਾ ਉਹ ਆਪਾਂ ਥੱਲੇ ਕਰਨੀ ਆ ਇਹਦੀ ਪਹਿਲਾਂ ਤੇਲ ਦੇਣ ਵਾਲੀ ਸਪਲਾਈ ਥੱਲੇ ਸੀਗੀ ਐਂ ਮਤਲਬ ਪੁੱਠੀ ਸੀ ਹੁਣ ਆਪਾਂ ਦੂਜੀ ਲੋਡ ਕਰੀਗਾ ਠੀਕ ਆ ਚਾਹੇ ਤਾਂ ਇਹਨੂੰ ਬਿਨਾਂ ਖੋਲੀ ਐਸ ਲੋਡ ਕਰ ਲਿਓ ਪਰ ਇਹ ਕਰਨਾ ਹੀ ਪੈਂਦਾ ਹੁੰਦਾ ਪਹਿਲਾਂ ਆਹ ਕਰ ਲਿਓ ਉਦੋਂ ਬਾਅਦ ਫਿਰ ਇਹ ਆਹ ਘੁਮਾ ਕੇ ਕਰ ਲਿਓ ਠੀਕ ਆ ਅਤੇ ਜੇ ਆਹ ਫਿਰ ਵੀ ਮਾੜਾ ਮਾੜਾ ਨਹੀਂ ਸੈੱਟ ਆਉਂਦਾ ਫਿਰ ਜਿਹੜੇ ਮਰਜ਼ੀ ਨਟਾਂ 'ਚ ਕਰ ਲਿਓ ਕੋਈ ਚੱਕਰ ਨਹੀਂ ਆਉਂਦੀ ਤੇਲ ਵਾਲੀ ਸਪਲਾਈ ਆਪਾਂ ਉੱਪਰ ਦੇ ਰਹੀ ਹੈ ਵੈਂਜ ਬੋਲਟ ਨਾ ਆਪਾਂ ਨੂੰ ਮਾਰਕੀਟ 'ਚੋਂ ਮਿਲ ਜਾਂਦੇ ਆ ਉਹ ਲਿਆਇਓ ਅਤੇ ਬਾਕੀ ਆ ਤੇਲ ਡਿੱਗਣ ਵਾਲੀ ਸਪਲਾਈ ਆਪਾਂ ਇੱਥੋਂ ਦੀ ਆਪਾਂ ਐਂ ਦੇ ਕੇ ਜਾਂ ਇੱਥੋਂ ਇਹਦੇ ਅੰਦਰ ਦੀ ਕਰਕੇ ਆਪਾਂ ਉਰੇ ਦੇ ਦੇਣੀ ਆ ਅਤੇ ਬਾਕੀ ਆ ਤੇਲ ਵਾਲੀ ਸਪਲਾਈ ਆਪਾਂ ਇੱਥੋਂ ਦੇ ਦੇਣੀ ਆ ਵੈਂਜ ਬੋਲਟ ਕੱਲ੍ਹ ਮੈਂ ਲੈ ਜਾਂਦੇ ਬਾਕੀ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਅਤੇ ਬਾਕੀ ਹੁਣ ਆਪਾਂ ਜੇ ਨੋਰਮਲ ਜੇ ਆਪਾਂ ਬਾਕੀ ਆਹ ਜਿਹੜਾ ਇਹ ਫਿਰ ਘੁਮਾ ਕੇ ਨਾ ਪੈਪ ਇਹ ਛੋਟੀ ਰਹਿ ਜਾਂਦੀ ਆ ਆਹ ਦੇ ਬਈ ਪੈਪ ਇਹ ਫਿਰ ਛੋਟੀ ਰਹਿ ਜਾਂਦੀ ਇਹ ਲੱਗਦੀ ਨਹੀਂ ਹੈਗੀ ਇਹ ਉੱਥੇ ਤੱਕ ਆਹ ਦੇਖੋ ਛੋਟੀ ਰਹਿ ਗਈ ਨਾ ਇਹ ਇੱਥੇ ਪੈਟਰੋਲ ਪੈਪ ਤੁਸੀਂ ਲਾ ਸਕਦੇ ਹੋ ਆਹ ਦੇ ਪੈਟਰੋਲ ਪੈਪ ਕਿਉਂਕਿ ਇਹਦੇ ਨਾਲ ਐਂ ਹੁੰਦਾ ਇਹ ਵਧੀਆ ਚੀਜ਼ ਹੀ ਹੁੰਦੀ ਹੈ ਲੱਗੀ ਰਹੇ ਕਿਉਂਕਿ ਇਹਦੇ ਨਾਲ ਪਤਾ ਕੀ ਆ ਜਦੋਂ ਹਵਾ ਵੱਧ ਹੋ ਜਾਂਦੀ ਆ ਫਿਰ ਇੰਜਣ ਨੂੰ ਬਾਹਲੀ ਬੂਸਟ ਨਹੀਂ ਜਾਣ ਦਿੰਦਾ ਫਿਰ ਇਹ ਕੱਟ ਕਰ ਜਾਂਦਾ ਫਿਰ ਹਵਾ ਸਾਰੀ ਇੱਧਰ ਕੱਢ ਦਿੰਦਾ ਹੈਗਾ ਨਹੀਂ ਫਿਰ ਟਰਬੋ ਆਇਆ ਹੁੰਦਾ ਜਿੰਨਾ ਕੁ ਰੇਤ ਚੱਲ ਸਾਰੀ ਅੱਧੀ ਉੱਧਰ ਉੱਨੀ ਦੇਈ ਜਾਂਦੇ ਫਿਰ ਇੰਜਣ ਨੂੰ ਵੱਧ ਧੱਕਾ ਮਾਰਦੀ ਹਵਾ ਤਾਂ ਕਰਕੇ ਫਿਰ ਇਹ ਹਿਸਾਬ ਸਾਰੀ ਦਿੰਦੀ ਹੈ ਟਰਬੋ ਜਿੰਨੀ ਕੁ ਲੀਟਰ ਅੰਦਰ ਕੰਟਰੋਲ ਕਰ ਸਕਦਾ ਜਦੋਂ ਕੰਟਰੋਲ ਕਰਨ ਨੂੰ ਹਟ ਜਾਂਦਾ ਅੰਦਰੋਂ ਵੀ ਪਤਾ ਜ਼ਿਆਦਾ ਓਵਰਡੋਜ਼ ਹੋ ਗਈ ਫਿਰ ਇੱਥੋਂ ਕੱਟ ਮਾਰ ਜਾਂਦੀ ਆਪਦੇ ਫਿਰ ਉੱਧਰ ਜਿਹੜੀ ਵਾਧੂ ਹਵਾ ਜਾਂਦੀ ਉਹ ਸਾਰੀ ਲਾਇਸੈਂਸ ਰਹੀ ਕੱਢ ਦਿੰਦਾ ਇਹ ਅਤੇ ਬਾਕੀ ਹੁਣ ਅੱਗੇ ਅੱਗੇ ਮੈਂ ਕਰਦਾ ਤੁਹਾਨੂੰ ਸਾਰੇ ਦਿਖਾਵਾਂਗੇ ਫਿਟਿੰਗ ਪਾਰਟ 3 ਦੇ ਵਿੱਚ ਜੀ ਆਪਾਂ ਭੱਠੀ ਖੋਲਤੀ ਸਾਰੀ ਅਤੇ ਖੋਲਣ ਤੋਂ ਬਾਅਦ ਇੱਧਰਲੇ ਜੈਨ ਆਪਾਂ ਨਵੇਂ ਪਾ ਦੇਣੇ ਲਿਆਉਂਦਾ ਰਣਜੀਤ ਔਰ ਰੈਕ ਉਟਾਉਂਦਾ ਗਾ ਅਤੇ ਇੱਧਰਲੇ ਜੈਨ ਪਾ ਦੀ ਮੈਂ ਚੱਲ ਕਾਹਨੂੰ ਪੁਰਾਣੇ ਪਾਉਣੇ ਆ ਨਾਲੇ ਉਹਦੇ ਨਾਲ ਜੁੜੇ ਪਏ ਜਮ੍ਹਾਂ ਅਤੇ ਸਰਾਹ ਕੱਢ ਕੇ ਉਹਦੇ ਪੈਪ ਬੈਲਡਿੰਗ ਕਰਦੇ ਹਾਂ ਵੀ ਕਿੰਨਾ ਕੁ ਚਾਈਜ ਕਰਨਾ ਦੇਖਦੇ ਹਾਂ ਫਿਰ ਕੀ ਬਣਦਾ ਅੱਗੇ ਕੀ ਨਹੀਂ ਬਣਦਾ ਹੋ ਜੀ ਆਪਾਂ ਉਹਦੇ ਬੈਂਚ ਬੋਰਡ ਲਾ ਕੇ ਅਤੇ ਇੱਥੇ ਉਹਦੀ ਸੈਟਿੰਗ ਕਰਕੇ ਆਪਾਂ ਉਹਦੇ ਲਾ ਦੇਣੀ ਆ ਦੇਖੋ ਫਿਰ ਸੈੱਟ ਆ ਗਈ ਨਾ ਅਤੇ ਆਪਾਂ ਬੈਂਚ ਬੋਲਟ ਕੱਲ੍ਹ ਲਿਆਉਂਦੇ ਇਹਦੇ ਹੈਗੇ ਸਰਾਖ ਖੁੱਲ੍ਹੇ ਥੋੜ੍ਹੇ ਜਿਹੇ ਦੋ ਸਰਾਖ ਅਤੇ ਮਿਸਤਰੀ ਨੇ ਪਿੱਤਲ ਨਾਲ ਭਰਤੇ ਉਹ ਕਹਿੰਦਾ ਵੀ ਹੁਣ ਆਪਾਂ ਜਮ੍ਹਾਂ ਬਰੀਕ ਬਰੀਕ ਸਰਾਖ ਮਾਰ ਲੈਣੇ ਵੀ ਉਹਨਾਂ ਕਿ ਨਿਊਜ਼ਲ ਨੂੰ ਜਾਵੇ ਉਹਨਾਂ ਕਿ ਇੱਧਰ ਜਾਵੇ ਹੋਰ ਵੱਧ ਜਾਈਏ ਮੁੜ ਕੇ ਇੱਥੇ ਬੱਚੇ ਨੂੰ ਡਾਕਟਰ ਕਹਿੰਦਾ ਫਿਰ ਛੇਤੀ ਕਹਿੰਦਾ ਇੰਜਣ ਹੋ ਜਾਂਦਾ ਜਮ੍ਹਾਂ ਕਹਿੰਦਾ ਓਰੀਜਨਲ ਫਿਟਿੰਗ ਵਾਲਾ ਕੰਮ ਕਰਨਾ ਜੇ ਕਿਸੇ ਹੋਰ ਵੀਰ ਭਰਾ ਨੇ ਵੀ ਲਾਉਣੀ ਆ ਇਹਨੂੰ ਆਪਦਾ ਤੰਗ ਕਰ ਲਿਓ ਸਰਾਖਾਂ ਨੂੰ ਜਾਂ ਇਹਦੇ ਪਿੱਤਲ ਭਰ ਕੇ ਹੁਣ ਪੂਰਾ ਹੁਣ ਇਹ 'ਚ ਆਪਾਂ ਨਾ ਬਰੀਕ ਜਮ੍ਹਾਂ ਨਾ ਆ ਜਾਂਦੀ ਬਾਲਕ ਜਿੰਨਾ ਉਦੋਂ ਮਾੜਾ ਖੁੱਲ੍ਹਾ ਜਾਂਦੀ ਉਹ 'ਚ ਸਰਾਖ ਮਾਰ ਲੈਣਾ ਤਾਂ ਬਾਕੀ ਦਿਖਾਉਣੇ ਅੱਗੇ ਕੀ ਜੁੜੇ ਦਿਓ ਅਤੇ ਆਹ ਦੇਖੋ ਜੀ ਹੁਣ ਇਹ ਸਰਾਖ ਮਾਰ ਲੈਣਾ ਆਪਾਂ ਇਹ 'ਚ ਬਰੀਕ ਜਿਹਾ ਚੁੰਝ ਜੀ ਮਾਰ ਕੇ ਛੱਡ ਦੇਣੀ ਆਪਾਂ
ਮੂਹਰੋਂ ਤਿੱਖਾ ਕਰ ਲੈਣਾ ਆਪਾਂ ਮਰਮਾ ਚੁੰਝ ਜੀ ਮਾਰ ਕੇ ਛੱਡ ਦੇਣੀ ਆਰ ਪਾਰ ਨਹੀਂ ਕੱਢਣਾ ਇੱਕ ਸਾਈਡ ਹੀ ਆਪਾਂ ਖੁਰਾਕ ਕੱਢਣਾ ਦੋ ਸਾਈਡ ਨਹੀਂ ਕੱਢਣੇ ਹੈਗੇ ਹਲੇ ਮੈਂ ਤਾਂ ਕਹਿੰਦਾ ਬਣਦੀ ਨਹੀਂ ਗੱਲ ਆ ਦੇਖੋ ਦੂਜਾ ਹੈਂ ਦੂਜਾ ਬਰਮਾ ਲਿਆ ਹਾਂ ਦੂਜੇ ਬਰਮੇ ਨਾਲ ਦੇਖ ਲਿਆ ਕਰਕੇ ਟਰਾਈ ਉਹਦੇ ਨਾਲ ਯਾਰ ਥੋੜ੍ਹਾ ਬਰਮਾ ਖਰਾਬ ਸੀ ਮਾਹਾ ਕੋਈ ਔਖੇ ਨਹੀਂ ਘਰੇ ਕਰ ਸਕਦਾ ਟਰਬੋ ਆਹ ਮੋਡੀਫਿਕੇਸ਼ਨ ਕੀ ਹੁੰਦੀ ਹੈ ਟਰਬੋ ਦੇ ਵਿੱਚ ਕੀ ਨਹੀਂ ਹੁੰਦੀ ਆਪਾਂ ਤੁਹਾਨੂੰ ਅਗਲੇ ਜੇ 75 ਨੰਬਰ ਟਰਬੋ ਲਾਈ ਅਤੇ ਫਿਰ ਉਦੋਂ ਦੱਸਾਂਗੇ ਉਹ ਵੀ ਆਪਾਂ ਮੋਡੀਫਿਕੇਸ਼ਨ ਕਰਕੇ ਲਾਉਣੇ ਆ ਟਰਬੋ ਕਿਉਂਕਿ 75 ਨੰਬਰ ਟਰਬੋ ਨੇ ਕੰਮ ਨਹੀਂ ਕਰਨਾ ਹੈਗਾ ਸਿੱਧਾ ਹੀ ਉਹ 2000 ਪਲੱਸ ਰੁਪਏ ਉਹਦੇ ਕੰਮ ਕਰਦੀ ਆ ਆਪਾਂ ਉਹ ਕਰ ਲਾਉਣੀ ਆ 11-12 ਵਿੱਚ ਬਾਕੀ ਸ਼ਰਾਕ ਮਾਰ ਲੈਣਾ ਤਾਂ ਤੁਹਾਨੂੰ ਬਾਅਦ ਦਿਖਾਉਣਾ ਫਿਰ ਕੀ ਬਣਦਾ ਕੀ ਨਹੀਂ ਬਣਦਾ ਅੱਗੇ ਅੱਗੇ ਦੇਖੀ ਚੱਲੇ ਬਾਕੀ ਲੋਟੇ ਸਾਹਿਬ ਬੈਠਿਆ ਤਸੱਲੀਆਂ ਕਰਦੇ ਆ ਇਹ ਹੈਰਾਨ ਟਰਾਲੀਆਂ ਟਰੁਲੀਆਂ ਬਣਾਉਣੀਆਂ ਹੋਣ ਕਿਸੇ ਨੇ ਬਣਵਾ ਸਕਦੇ ਆ ਉਹ ਦੇਖੋ ਨਵੀਆਂ ਪੁਰਾਣੀਆਂ ਹੋਰ ਲੈਟਰਾਂ ਪਟਰਾਂ ਤਸੱਲੀ ਬਾਕਸ ਸਪਿਨਰ ਫਿਨਰ ਬੰਪਰ ਸੰਪਰ ਪਰ ਬਣਾਉਂਦੇ ਨੇ ਇਹ ਹੈਵੀ ਜੇ ਲੋਕ 60 ਕਿਲੋ ਦਾ ਬਣਾ ਕੇ ਕਹਿੰਦੇ ਨੇ ਵਧੀਆ ਇਹਦਾ ਫਿਰ ਕੁਆਂਟਲ ਅਤੇ ਲਓ ਜੀ ਇਹ ਹੁਣ ਪੈਪ ਆਪਾਂ ਜਿਹੜੀ ਥੱਲੇ ਨੂੰ ਸਪਲਾਈ ਆਉਂਦੀ ਆ ਤੇਲ ਇੰਜਨ 'ਚ ਡਿੱਗਣਾ ਉਹਦੀ ਵੈਲਡਿੰਗ ਕਰਦੇ ਹਾਂ ਪੈਪ ਦੀ ਐਡਜਸਟਮੈਂਟ ਅਤੇ ਬਾਕੀ ਤੁਹਾਨੂੰ ਜਮ੍ਹਾਂ ਨੂੰ ਸਪਲਾਈ ਪੂਰੀ ਦੇ ਕੇ ਸੈੱਟ ਸਹੀ ਤੁਹਾਨੂੰ ਦਿਖਾਉਂਦੇ ਹਾਂ ਫਿਰ ਅੱਗੇ ਕੀ ਬਣਦਾ ਕੀਤਾ ਵੈਲਡਿੰਗ ਕਰਨ ਲੱਗਿਆ ਅਤੇ ਲਓ ਜੀ ਹੁਣ ਆਪਾਂ ਟਰਬੋ ਕਰਤੀ ਪੂਰੀ ਫਿੱਟ ਸਪਲਾਈ ਸਪਲੂਈ ਇਹ ਦਿੱਤੀ ਸੀ ਯਾਰ ਥੋਤਾਂ ਛੱਤੋਂ ਨਾ ਮਾੜਾ ਜਿਹਾ ਜੈਨ ਟੁੱਟ ਗਿਆ ਇਹ ਜੈਨ ਰਾਹੀਂ ਮਾੜਾ ਮਾੜਾ ਤੇਲ ਲੀਕ ਹੁੰਦਾ ਅਤੇ ਬਾਕੀ ਐਨ ਸਪਲਾਈ ਸਪਲੂਈ ਜਮ੍ਹਾਂ ਓਕੇ ਆ ਦੇਖ ਲਈ ਚੈੱਕ ਕਰਕੇ ਅਤੇ ਆਹ ਲੀਕ ਇੱਧਰ ਤਾਂ ਗਾ ਕਿਉਂਕਿ ਇੱਥੋਂ ਹੀ ਮਾੜੀ ਚੈੱਕ ਕਰੀ ਸੀਗੀ ਸਪਲਾਈ ਵੀ ਆਉਂਦੀ ਆ ਸਹੀ ਅਤੇ ਬਾਕੀ ਹੁਣ ਦੇਖਦੇ ਹਾਂ ਤੁਹਾਨੂੰ ਦੁਬਾਰਾ ਫੇਸ ਐਲ ਮਾਰ ਕੇ ਦਿਖਾ ਦਿੰਦੇ ਹਾਂ ਜਮ੍ਹਾਂ ਜਾਣ ਦੀ ਓਕੇ ਆ ਕੰਮ ਪੂਰਾ ਦੇਖੋ ਹੁਣ ਟਰਬੋ ਮਾਰ ਦੇਖਦੇ ਹਾਂ ਸੈਲ ਮਾਰ ਕੇ ਇੱਥੋਂ ਯਾਰ ਦੇਖੋ ਤੇਲ ਖੇਡਦਾ ਥੋੜ੍ਹਾ ਥੋੜ੍ਹਾ ਲੀਟਰ ਜੋ ਰੇਤ ਨਾ ਫੇਰ ਬਾਹਲਾ ਖੇਡਦਾ ਦੇਖੋ ਜਿਹੜੀ ਫਿਰ ਬੂਸਟ ਬਾਟ ਯਾਰ ਪੂਰੀ ਵਧੀਆ ਉੱਧਰ ਹੀ ਦੇਖ ਲੈਂਦੇ ਹੱਥ ਲਾ ਕੇ ਵੀ ਕਿੰਨੇ ਕਮਾਲ ਦੀ ਆ ਪੂਰੀ ਬੂਸਟ ਆ ਯਾਰ ਤੇ ਬਾਕੀ ਦੱਸਿਓ ਟਰਬੋ ਕਿਵੇਂ ਲੱਗੀ ਬਾਕੀ ਦੀ ਯਾਰ ਫੀਟਿੰਗ ਆਪਾਂ ਹੁਣ ਰਾਤ ਦੇ 8:30 ਹੋ ਗਏ ਇਹ ਆਪਾਂ ਕਰਾਂਗੇ ਕੱਲ ਨੂੰ ਬਾਕੀ ਆ ਸਾਰਾ ਗਲੀ ਗੁਲੀ ਸਟਰਾਕ ਸ਼ੁਰੂ ਕੱਢ ਕੇ ਆਪਾਂ ਕਰਾਂਗੇ ਕੱਲ ਨੂੰ ਫੀਟਿੰਗ ਇਹਦੀ ਠੀਕ ਆ ਤੁਹਾਨੂੰ ਦਿਖਾਵਾਂਗੇ ਆਪਾਂ ਅਗਲੇ ਬਲੌਗ ਦੇ ਵਿੱਚ ਅਤੇ ਆਪਾਂ ਬਲੌਗ ਨੂੰ ਤੁਸੀਂ ਵਧੀਆ ਪਿਆਰ ਦਿਓ ਅਤੇ ਨਾਲੇ ਸ਼ੇਅਰ ਕਰਿਓ ਜਿਹਨੇ ਵਿਆਹੀ ਨੇ ਆਪਣੀ ਘਰੇ ਟਰਬੋ ਲਾਉਣੀ ਲੋਕਾਂ ਨੂੰ ਇੰਨੇ ਪੈਸੇ ਦੇ ਨਾਲੋਂ 40-40 50,000 ਲਾਉਣ ਨਾਲੋਂ ਨਾਲੇ ਇੰਜਨ 'ਤੇ ਫਰਕ ਪੈਂਦਾ ਗਾ ਇਹ ਨੋਰਮਲ ਟਰਬੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇੰਜਨ 'ਤੇ ਜੇ ਆਪਾਂ ਮੋਡੀਫਿਕੇਸ਼ਨ ਕਰਵਾ ਕੇ ਲਾਉਂਦੇ ਟਰਬੋ ਉਹਦਾ ਚੱਕਰ ਪੈਂਦਾ ਉਹ ਫਿਰ ਬੂਸਟ ਜ਼ਿਆਦਾ ਦਿੰਦੀ ਹੈ ਇੰਜਨ ਨੂੰ ਉਹ ਚੱਕਰ ਹੁੰਦਾ ਨੋਰਮਲ ਬੂਸਟ ਆ ਅਤੇ 12,000-11,000 ਦਾ ਕੰਮ ਵਧੀਆ ਕਰਦੀ ਟਰਬੋ ਬਾਕੀ ਟੈਸਟ ਕਰਾਵਾਂਗੇ ਤੁਹਾਨੂੰ ਇੱਕ ਵਾਰੀ ਫਿੱਟ ਕਰ ਲੈਣਾ ਤਾਂ ਪੂਰੀ ਅਤੇ ਚਲੋ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਠੀਕ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ